ਡਿੱਬੀ ਐ ਡਿੱਬੀ ਕਿੱਥੇ ਇੱਧਰ ਆ ਕੇ ਮੇਰੀ ਗੱਲ ਸੁਣ। ਕੀ ਹੋਇਆ ਕਮੋ ਪੁਆ ਜੀ, ਕਿਉਂ ਡਿੱਬੀ ਨੂੰ ਬੁਲਾ ਰਹੇ ਹੋ? ਇੱਕ ਮਿੰਟ ਨਹੀਂ ਵੇਟ ਹੁੰਦੀ ਤੁਹਾਡੇ ਕੋਲੋਂ, ਪੂਰਾ ਘਰ ਸਿਰ ਤੇ ਚੁੱਕ ਲਿਆ। ਦੱਸੋ ਕੀ ਕੰਮ ਹੈ? ਨਾਲੇ ਕੀ ਕਿਹਾ ਤੂੰ? ਮੈਂ ਘਰ ਸਿਰ ਤੇ ਚੁੱਕਿਆ ਤੇ ਤੂੰ ਦੱਸ ਫਿਰ ਮੈਂ ਕੀ ਕਰਾਂ? ਹੈ ਦੱਸ, ਦੁਪਹਿਰ ਹੋ ਗਈ ਹੈ, ਕਿਸੇ ਨੇ ਸਾਡੇ ਕਮਰੇ 'ਚ ਸਵੇਰ ਦਾ ਬ੍ਰੇਕਫਾਸਟ ਤੱਕ ਨਹੀਂ ਭੇਜਿਆ, ਚਾਹ ਤੱਕ ਨਹੀਂ ਮੈਨੂੰ ਪੁੱਛੀ ਕਿਸੇ ਨੇ। ਓਹੋ ਕਮੋ ਬੁਆ, ਤੁਸੀਂ ਚਾਹ ਨੂੰ ਰੋਈ ਜਾਂਦੇ ਹੋ। ਤੁਹਾਨੂੰ ਪਤਾ ਹੈ ਅੱਜ ਅਸੀਂ ਕਿੰਨਾ ਕੁਝ ਵਧੀਆ ਵਧੀਆ ਬਾਹਰੋਂ ਮੰਗਵਾਇਆ ਖਾਣ ਵਾਸਤੇ, ਇਸ ਕਰਕੇ ਤਾਂ ਡਿੱਬੀ ਨੇ ਕੁਝ ਘਰ ਬਣਾਇਆ ਨਹੀਂ ਖਾਣ ਨੂੰ। ਕੀ ਬਾਹਰੋਂ ਪਕਵਾਨ ਆ ਰਹੇ ਨੇ? ਅੱਛਾ, ਪੁਰਾਣੀ ਨੂੰਹ ਰਾਣੀ ਜੋ ਵਾਪਸ ਆ ਗਈ ਹੈ, ਸਾਰੇ ਨਵੀਂ ਲੱਗਣ ਲੱਗ ਪਈ ਹੈ। ਉਹ ਜਸ਼ਨ ਮਨਾਏ ਜਾ ਰਹੇ ਨੇ ਹੁਣ, ਪਖੰਡ ਪਾਰਟੀਆਂ ਹੋ ਰਹੀਆਂ ਹੁਣ ਮੇਰਾ ਹਾਊਸ 'ਚ। ਤੁਹਾਨੂੰ ਤਾਂ ਪਤਾ ਹੈ ਨਾ ਕਮੋ ਪੁਆ, ਕੀਤਾ ਵੀ ਦੇ ਘਰ ਵਾਪਸ ਆਉਣ ਤੋਂ ਸਾਰੇ ਘਰ ਦੇ ਕਿੰਨੇ ਖੁਸ਼ ਨੇ। ਕੌਣ ਖੁਸ਼ ਆ, ਅਸੀਂ ਵੀ ਇਸ ਘਰ 'ਚ ਰਹਿੰਦੇ ਹਾਂ, ਹੈ ਅਸੀਂ ਤਾਂ ਖੁਸ਼ ਹੈ ਨਹੀਂ। ਨਾਲੇ ਜੇ ਖਾਣਾ ਬਾਹਰੋਂ ਆ ਰਿਹਾ ਤੇ ਮੈਂ ਪ੍ਰਸ਼ਾਂਤ ਜੀ ਗਿੰਨੀ, ਹੈ ਸਾਡਾ ਕੀ, ਅਸੀਂ ਕਿੱਥੇ ਜਾਈਏ, ਭੁੱਖੇ ਮਰੀ ਅਸੀਂ ਹੁਣ। ਰੂਬੀ, ਉਹ ਤੈਨੂੰ ਤਾਂ ਕਿਸੇ ਕੰਮ ਦਾ ਚੇਤਾ ਹੀ ਨਹੀਂ ਰਹਿੰਦਾ। ਕਿਉਂ, ਹੁਣ ਮੈਂ ਕੀ ਭੁੱਲ ਗਈ? ਉਹ ਤੂੰ ਖਬਰ ਨਹੀਂ ਦੇਣੀ ਸੀ ਇਹਨੂੰ। ਖਬਰ? ਕਿਹੜੀ ਖਬਰ, ਕਿਹਨੂੰ ਦੇਣੀ ਸੀ? ਦੇਖਿਆ, ਚੇਤੇ ਨਹੀਂ ਨਾ ਰਿਹਾ ਤੇਰੇ, ਉਹ ਕੰਮੋ ਨੂੰ ਖਬਰ ਜੋ ਦੇਣੀ ਸੀ। ਚਲੋ ਠੀਕ ਹੈ, ਫਿਰ ਮੈਂ ਦੱਸ ਦਿੰਦਾ। ਕੰਮੋ, ਅਦਾਲਤ ਵਿੱਚ ਅਰਜ਼ੀ ਦਿੱਤੀ ਸੀ ਨਾ, ਜਾਇਦਾਦ ਵਿੱਚੋਂ ਆਪਣਾ ਹਿੱਸਾ ਮੰਗਿਆ ਸੀ ਨਾ। ਆਹੋ, ਮੰਗਿਆ ਸੀ। ਫਿਰ? ਫਿਰ ਖਬਰ ਇਹ ਹੈ, ਅਦਾਲਤ ਨੇ ਤੇਰੀ ਉਹ ਅਰਜ਼ੀ ਰੱਦ ਕਰ ਦਿੱਤੀ ਹੈ। ਕਿਉਂ, ਖਬਰ ਸੁਣ ਕੇ ਲੱਗਿਆ ਨਾ ਝਟਕਾ? ਹੁਣ ਤੂੰ ਦੱਸ ਅੱਗੇ ਕੀ ਕਰੇਂਗੀ? ਹਾਂਜੀ ਕੰਮੋ ਭੂਆ, ਹੁਣ ਦੱਸੋ ਤੁਸੀਂ ਕੀ ਕਰੋਗੇ? ਤੁਸੀਂ ਤਾਂ ਪਹਿਲਾਂ ਹੀ ਬਹੁਤ ਵੱਡੀ ਗਲਤੀ ਕਰ ਲਈ, ਜਾਇਦਾਦ ਚੋਂ ਹਿੱਸਾ ਮੰਗ ਕੇ, ਤੇ ਉਸ ਤੋਂ ਵੀ ਵੱਡੀ ਗਲਤੀ, ਇਹ ਸਾਰਾ ਇਲਜ਼ਾਮ ਗੀਤ ਭਾਬੀ ਨੇ ਮੱਥੇ ਮੜ ਦਿੱਤਾ। ਇੰਨੀਆਂ ਵੱਡੀਆਂ ਵੱਡੀਆਂ ਗਲਤੀਆਂ ਨੂੰ ਕਿੱਦਾਂ ਸੁਧਾਰੋਗੇ ਹੁਣ ਤੁਸੀਂ? ਉਹ ਸਿਆਣੇ ਤਾਂ ਕਹਿੰਦੇ ਨੇ ਕਿ ਘਰ ਦੀਆਂ ਕੁੜੀਆਂ ਆਪਣੇ ਘਰ ਨੂੰ ਜੋੜ ਕੇ ਰੱਖਦੀਆਂ ਨੇ, ਤੇ ਤੁਸੀਂ ਆਪਣੇ ਘਰ ਨੂੰ ਤੋੜਨ ਦੀ ਕੋਸ਼ਿਸ਼ ਕੀਤੀ। ਕਿਉਂ ਝੂਠ ਬੋਲਦੀ ਪਈ ਆ ਤਾਨਿਆ? ਕਮੋ ਦੀ ਤਾਂ ਘਰੇ ਕਦੋਂ ਤੋਂ ਹੋ ਗਿਆ, ਉਹਨਾਂ ਦੇ ਤੇ ਵਿਆਹ ਹੋਏ ਨੂੰ ਕਿੰਨੇ ਸਾਲ ਹੋ ਗਏ ਨੇ ਨਾ। ਨਾਲੇ ਸਿਆਣੇ ਤੇ ਇਹ ਵੀ ਕਹਿੰਦੇ ਨੇ ਕਿ ਵਿਆਹ ਤੋਂ ਬਾਅਦ ਅਸਲੀ ਘਰ ਕੁੜੀਆਂ ਦਾ ਸਹੁਰਾ ਪਰਿਵਾਰ ਹੀ ਹੁੰਦਾ ਹੈ। ਵਾਹ ਛੋਟੀ ਭਾਬੀ, ਵਾਹ ਕਿਆ ਬਾਤ, ਤੁਸੀਂ ਤੇ ਰੰਗ ਬਦਲਣ ਚ ਨਾ ਗਿਰਗਿਟ ਨੂੰ ਵੀ ਪਿੱਛੇ ਛੱਡਤਾ। ਨਹੀਂ ਕਮੋ, ਨਹੀਂ, ਤੂੰ ਰੂਬੀ ਉੱਤੇ ਇਹ ਇਲਜ਼ਾਮ ਲਾ ਹੀ ਨਹੀਂ ਸਕਦੀ। ਗਿਰਗਿਟ ਵਾਂਗ ਰੰਗ ਬਦਲਣ ਤੋਂ ਤਾਂ ਤੇਰੇ ਤੋਂ ਉੱਪਰ ਕੋਈ ਹੋ ਹੀ ਨਹੀਂ ਸਕਦਾ। ਰਹੀ ਗੱਲ ਰੂਬੀ ਦੀ, ਰੂਬੀ ਨੇ ਕੋਈ ਰੰਗ ਨਹੀਂ ਬਦਲਿਆ, ਸਗੋਂ ਰੂਬੀ ਨੇ ਇਸ ਘਰ ਦੀ ਨੂੰਹ ਨੂੰ ਉਹਦਾ ਬਣਦਾ ਰੁਤਬਾ ਦਿੱਤਾ ਜਿਹੜਾ ਉਹਨੂੰ ਮਿਲਣਾ ਚਾਹੀਦਾ ਸੀ। ਹੁਣ ਇਸ ਘਰ ਵਿੱਚ ਸਭ ਕੁਝ ਸਹੀ ਹੋ ਗਿਆ, ਹੁਣ ਤੂੰ ਆਪਣਾ ਸੋਚ, ਤੂੰ ਹੁਣ ਕਰਨਾ ਕੀ ਹੈ? ਜੇ ਕੇ ਭਾਜੀ ਦੇ ਮੁਤਾਬਿਕ ਤੈਨੂੰ ਆਪਣਾ ਬੋਰੀ ਬਿਸਤਰਾ ਚੁੱਕ ਕੇ ਇੱਥੋਂ ਚਲੇ ਜਾਣਾ ਚਾਹੀਦਾ। ਕੀ ਗਿਆ ਤੁਸੀਂ? ਵੱਡੇ ਭਾਈ ਸਾਹਿਬ ਮੈਨੂੰ ਇੱਥੋਂ ਬਾਹਰ ਕੱਢਣਾ ਚਾਹੁੰਦੇ? ਹਾਂਜੀ ਕੰਮੋ ਭੂਆ, ਚਾਚਾ ਜੀ ਬਿਲਕੁਲ ਸਹੀ ਕਹਿ ਰਹੇ ਨੇ, ਪਾਪਾ ਨਹੀਂ ਚਾਹੁੰਦੇ ਕਿ ਤੁਸੀਂ ਇਸ ਘਰ 'ਚ ਰਹੋ ਹੁਣ। ਮੰਮੀ ਜੀ, ਹੁਣ ਕੀ ਹੋਏਗਾ? ਜੇ ਵੱਡੇ ਮਾਮਾ ਜੀ ਨੇ ਸਾਨੂੰ ਮਹਿਰਾ ਹਾਊਸ ਤੋਂ ਬਾਹਰ ਕੱਢਤਾ ਤਾਂ ਸਾਡਾ ਕੀ ਬਣੂਗਾ, ਅਸੀਂ ਕਿੱਥੇ ਜਾਵਾਂਗੇ? ਕਮੋ, ਤੂੰ ਹਾਲੇ ਤੱਕ ਕਿੱਥੇ ਖੜੀ ਹੈ? ਤੈਨੂੰ ਹਜੇ ਵੀ ਕੋਈ ਸ਼ਰਮ ਨਹੀਂ ਆਉਂਦੀ ਪਈ? ਮੈਂ ਤਾਂ ਸੋਚਿਆ ਸੀਗਾ ਪੂਰੇ ਮਾਣ ਸਨਮਾਨ ਨਾਲ, ਇੱਜ਼ਤ ਨਾਲ ਆਪਣੇ ਪਰਿਵਾਰ ਨੂੰ ਲੈ ਕੇ ਤੂੰ ਨਿਕਲ ਗਈ ਹੈ। ਜੇ ਤੂੰ ਮੇਰੇ ਮੂੰਹ ਸੁਣਨਾ ਚਾਹੁੰਦੀ ਹੈ ਨਾ ਤਾਂ ਸੁਣ ਲੈ, ਆਪਣਾ ਸਮਾਨ ਪੈਕ ਕਰ, ਆਪਣੇ ਜਾ ਕੇ ਸਹੁਰੇ ਘਰ ਰਹਿ ਜਾ ਕੇ। ਤੁਸੀਂ ਕੀ ਕਹਿ ਰਹੇ ਵੱਡੇ ਭਾਈ ਸਾਹਿਬ, ਅਸੀਂ ਕਿੱਥੇ ਜਾਵਾਂਗੇ? ਇਹ ਤੈਨੂੰ ਪਹਿਲਾਂ ਸੋਚਣਾ ਚਾਹੀਦਾ ਸੀਗਾ ਜਦੋਂ ਤੂੰ ਜਾ ਕੇ ਅਦਾਲਤ ਦਾ ਦਰਵਾਜ਼ਾ ਖੜਕਾਇਆ ਸੀਗਾ, ਜਦੋਂ ਜਾਇਦਾਦ ਵਿੱਚੋਂ ਹਿੱਸਾ ਮੰਗਿਆ ਸੀਗਾ, ਉਦੋਂ ਸੋਚਣਾ ਚਾਹੀਦਾ ਸੀ ਤੈਨੂੰ। ਪਰ ਵੱਡੇ ਭਾਈ ਸਾਹਿਬ, ਮੈਨੂੰ ਵੱਡਾ ਭਾਈ ਸਾਹਿਬ ਨਾਲ ਕਿਹਾ, ਹੁਣ ਤੂੰ ਕਿਹੜਾ ਕੋਈ ਮਾਣ ਰੱਖਿਆ ਭੈਣ ਭਰਾ ਦੇ ਰਿਸ਼ਤੇ ਦਾ? ਉਹ ਕੁੜੀਆਂ ਜਦੋਂ ਪੇਕੇ ਘਰ ਆਉਂਦੀਆਂ ਨੇ ਨਾ, ਭਰਾ ਖੁਸ਼ੀ 'ਚ ਉੱਛਲ ਪੈਂਦੇ ਨੇ, ਪਰ ਜਦੋਂ ਤੇਰੇ ਵਰਗੀ ਭੈਣਾਂ ਆਉਂਦੀਆਂ ਨੇ, ਭਰਾ ਰੱਬ ਅੱਗੇ ਦੁਆ ਕਰਦੇ ਨੇ ਕਿਹੋ ਜਿਹੀ ਭੈਣ ਦੁਆਰਾ ਨਾ ਇਸ ਘਰ ਵਿੱਚ ਆਵੇ। ਜਿੰਨਾ ਕੁ ਤੂੰ ਜ਼ੋਰ ਲਾਇਆ ਨਾ ਇਸ ਘਰ ਨੂੰ ਤੋੜਨ ਲਈ, ਉਹ ਦੇਖਣ ਤੋਂ ਬਾਅਦ ਮੈਂ ਤੈਨੂੰ ਇੱਕ ਦਿਨ ਵੀ ਇਸ ਘਰ ਵਿੱਚ ਨਾ ਰਹਿਣ ਦੇਵਾਂ।
चल अपना समान बन ले जा अपने सहुरे घर जाके रह ले। अपनी छोटी भैन से तरस करो बड़े भाई साहब, तुहानू केड़ा नहीं पता मेरा केड़ा कोई सहुरा घर आ। मैं कितने जावांगी बड़े भाई साहब, कितने जावांगी? ओ मैनू नहीं पता, ना ही मैं इस गल का पता करना है। मैंने तो सिर्फ इस गल का पता है कोई अक्खी देख के मक्की नहीं निकल सकता। जब मैं पता हो कि कोई इस घर में रह के इस घर को तोड़ने की कोशिश करता पिया तो फिर उसमें इस घर में रहनी कितों? मैं सही कह रहे हो पापा, हुण कमो भुआ दा इत्थों जाना ही सही है। कमो भुआ चलो चको अपना समान। चुप कर आई बड़ी, हुण तेरे को भी गल्लां सुननियां पैणगियां मैनू। कौन है तू? मालकणा दस घर दी नहीं ना? वड्डी वड्डी भाभी कित्थे ने? वड्डी भाभी जी, वड्डी भाभी इधर आयो। हुण जसलीन भाभी जी नूं क्यों आवाजां मारदे पए हो कमो दीदी? हुण उन्हां नूं आवाजां मारन दा कोई फायदा नहीं। तुसीं उदों भी उन्हां दी गल नहीं सी मन्नी जदों उन्हां ने तुहाडे अगे हथ जोड़े सी ते बेनती कीती सी इस घर नूं ना तोड़न दीआं गल्लां करो, ते उदों तुहानूं इह लगा सी कि तुसीं अदालत जाओगे ते अदालत थाल दे विच परोस के तुहानूं जायदाद दे देगी। बंटवारा इन्ना सौखा नहीं है कमो दीदी। रूबी ओए तू क्यों मथा मारी जानी इहदे नाल? गल नूं इत्थे खतम कर, जा इहदे कमरे विच जाके दा समान चक के इत्थे लैके आ। बस मैं कह दिता यह मेरा आखिरी फैसला है। बड़े मामा जी जे तुसीं सानू घर तो कटता तो असीं कित्थे जावांगे? साडा की होवेगा? यह जाके तू अपने प्यो नूं पुछ। जिस तरह असीं अपने परिवार नूं पालदे पए आ ना, तैनू पालन की जिम्मेदारी तेरे प्यो की बनती है, साडी नहीं है। नाले उहनूं तुहानूं यह जिम्मेवारी चकनी पैनी है। बड़े भाई साहब, बड़े भाई साहब ऐसा जुल्म ना करो, ना करो बड़े भाई साहब। एक बार मेरी गल सुनो बड़े भाई साहब। हुण तां तूं सानूं माफ कर दे, हाथ असीं तेरे अगे जोड़दे पए आ। पहलों तेरिया पुठिया सीधिया गल्लां सुन के असीं इत्थे तक पहुंच गए आ, तू इधर उधर दीआं गल्लां करदी रही है ते तेरिया असीं गल्लां सुन के असीं दूजे नूं गल समझदे रहे हां। ओ कोई तोरो यार इस नूं, मैं जो कह दिता एक बार कह दिता, इहदे लई हुण मेरा हाउस विच कोई जगह नहीं है। किन्ने दीदी तुसीं ठीक हो ना? तुसीं सुणिया नहीं कम्मो भूआ पापा की कह रहे ने? चलो चको अपनी टेंट पौड़ी ते खाली करो मेहरा हाउस नूं। कित्थे जावांगे असीं? कित्थे जावांगे असीं? ओ इह तां तूं पहला सोचना सी, तू तो किसी की गल सुनी ही नहीं। मैं तेनों एक बार नहीं कई बार समझाने की कोशिश की है, पर तू तो समझना ही नहीं चाहती कुछ। पर हुण कुछ हो नहीं सकता, इत्थे तेरे परिवार लई कोई जगह नहीं, चली जाओ इत्थों। वेख किदा मेरे दुश्मन बन के खड़े ने सारे, एक कदम भी नहीं कह रहे कि ना कम्मा रुक जा ना जा। ਜੇ ਤੁਸੀਂ ਸਾਰੇ ਜਾਣੇ ਮੈਨੂੰ ਇਦਾਂ ਕਰੋ ਬਾਹਰ ਕੱਢੋਗੇ, ਮੈਂ ਕਿੱਥੇ ਜਾਵਾਂਗੀ? ਦੱਸੋ ਡੈਵਿਡ ਭਾਜੀ, ਤੁਹਾਨੂੰ ਤਾਂ ਸਭ ਪਤਾ ਨਾ ਮੇਰਾ ਕੋਈ ਟਿਕਾਣਾ ਨਹੀਂ। ਪ੍ਰਸ਼ਾਂਤ ਜੀ ਕੋਈ ਕੰਮ ਨਹੀਂ ਕਰਦੇ, ਉਹ ਕੀ ਆਸਰਾ ਦੇਣਗੇ ਸਾਨੂੰ? ਕੀ ਆਸਰਾ ਦੇਣਗੇ ਡੈਵਿਡ ਭਾਜੀ? ਮੈਂ ਆਪਣੀ ਧੀ ਨੂੰ ਲੈ ਕੇ ਕਿਹੜੇ ਖੂਹ 'ਚ ਛਾਲ ਮਾਰਾਂ? ਦੱਸੋ ਮੈਨੂੰ ਕੀ ਬਣੂਗਾ ਮੇਰੀ ਧੀ ਦੀ ਪੜ੍ਹਾਈ ਦਾ? ਸੋਚੋ ਤੁਸੀਂ ਡੈਵਿਡ ਭਾਜੀ, ਇੱਦਾਂ ਨਾ ਕਰੋ। ਗੱਲਾਂ ਤਾਂ ਤੁਹਾਡੀਆਂ ਸਾਰੀਆਂ ਹੀ ਸਹੀ ਨੇ ਕੰਮੋ ਭੂਆ, ਪਰ ਅਸੀਂ ਵੀ ਕੀ ਕਰ ਸਕਦੇ ਹਾਂ? ਇਹ ਸਾਰਾ ਕੁਝ ਤੁਸੀਂ ਪਹਿਲਾਂ ਸੋਚਣਾ ਸੀ। ਤਨੇ ਜਦ ਤੂੰ ਛੋਟੀ ਹੁੰਦੀ ਸੀ ਨਾ, ਮੈਂ ਬਹੁਤ ਲਾੜ ਲੜਾਇਆ ਤੈਨੂੰ, ਤੇ ਹੁਣ ਵੱਡੀ ਹੋ ਕੇ ਤੂੰ ਆਪਣੀ ਵੱਡੀ ਭੂਆ ਨੂੰ ਗੱਲਾਂ ਕਰਦੀ ਪਈ ਆ। ਮੈਂ ਕਿਹੜਾ ਗੱਲਾਂ ਰਾਤੋ ਰਾਤ ਸਿੱਖ ਲਈਆਂ ਨੇ ਕੰਮੋ ਭੂਆ? ਛੋਟੇ ਹੁੰਦਿਆਂ ਤੋਂ ਤੁਹਾਨੂੰ ਦੇਖਦੀ ਆ ਰਹੀ ਹਾਂ। ਤੁਸੀਂ ਵੀ ਤਾਂ ਸਾਰਿਆਂ ਨਾਲ ਇੱਦਾਂ ਹੀ ਗੱਲ ਕਰਦੇ ਹੋ, ਨਹੀਂ ਤੁਹਾਨੂੰ ਸਾਰਿਆਂ ਨੇ ਸਮਝਾਇਆ ਸੀ ਨਾ, ਤੁਸੀਂ ਸੁਣੀ ਕਦੇ ਕਿਸੇ ਦੀ ਗੱਲ? ਤੁਹਾਨੂੰ ਤਾਂ ਇੱਕੋ ਹੀ ਗੱਲ ਸੁਣਦੀ ਸੀ, ਪੈਸਾ 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 ਪੈਸਾ। ਪੈਸੇ ਤੋਂ ਸਿਵਾ ਨਾ ਤਾਂ ਤੁਹਾਨੂੰ ਕੁਝ ਸੁਣਦਾ ਸੀ ਤੇ ਨਾ ਹੀ ਤੁਸੀਂ ਕੁਝ ਬੋਲਦੇ ਸੀ। ਇਸ ਪੈਸੇ ਦੇ ਲਾਲਚ ਨੇ ਤੁਹਾਨੂੰ ਅੰਨੇ ਤੇ ਬੋਲੇ ਕਰ ਦਿੱਤਾ ਸੀ। ਹੁਣ ਅੱਖਾਂ ਖੁੱਲ ਗਈਆਂ ਮੇਰੀਆਂ, ਖੁੱਲ ਗਈਆਂ ਅੱਖਾਂ ਮੇਰੀਆਂ, ਹੁਣ ਮਾਫ ਕਰ ਦਿਓ ਮੈਨੂੰ। ਅੱਖਾਂ ਤਾਂ ਤੁਹਾਡੀਆਂ ਪਹਿਲਾਂ ਹੀ ਖੁੱਲੀਆਂ ਹੋਈਆਂ ਸੀ ਕੰਮੋ ਭੂਆ, ਜਦੋਂ ਤੁਸੀਂ ਸਮਾਨ ਨਾਲ ਰਲ ਕੇ ਸੌਦਾ ਕੀਤਾ। ਅੱਖਾਂ ਤੁਹਾਡੀਆਂ ਉਦੋਂ ਵੀ ਖੁੱਲੀਆਂ ਸੀ
जो तुम अखा खोल के गीत भाभी के झूठे साइन करा के उन्होंने सारे सामने झूठी साबित करने की कोशिश किया। हम अभी भी कर सकते हैं, तुम एक काम करो, अपन खुलिया अखा ना थोड़ा जहा होर खोलो, तो मेरा हाउस से बाहर का रास्ता देखो। तो सही कह रही है तानिया, कमो दीदी ने वैसे भी हम इतने रह के करना की है, बिगाड़ ही पाना है घर के। इस तो चंगा है हम कमो दीदी एक घर छड़ के चले ही जा। होर कोई जो मर्जी कवे, मेरा कहना है कि कम्मा भूआ ने इस घर से रुकना चाहिए। ये तू कह रही है गीत? हाँ जी चाची जी, मैं कह रही हूँ कि कम्मा भूआ नु मेरा परिवार से रुकना चाहिए। नहमद सांसे शुरू, यह जे के मेरा फैसला है ते मेरा फैसला कभी बदला नहीं जा सकता। हाँ गीत, जे के पाजी ने पक्का फैसला कर लिया है कम्मो होरां नू इत्थों तोरन दा। फिर चाचा जी तुसी भी कह दो इन्हां नू कि ये गीत मेहरा दा भी फैसला है कि कम्मा भूआ इस घर च रुकन। तान्या मैनू लगता पैण लगा बेटा, रोटी नहीं बचदी इन्हां नू, ना फिर भाभी नू ते ना पापा नू। इत्थे जे के मेहरा दा फैसला पलटन दी हिम्मत किसे विच भी नहीं है। डायमंड रूपी सब ज्यादा है शुरू, मैं जो कह दिता वही आखिरी फैसला है। सुन लिया गीत, जो जेके भाई साहब ने एक बार कहता वही मेरा हाउस दे विच हुंदा है। हुंदा होगा पर हुन नहीं। नाले चाची जी उन्हां दी गल्लां तुसीं मैनू क्यों सुनांदे पे हो, उन्हां नू भी तो सुना सकते हो ना, उन्हां नू भी कह सकते हो कि घर दे मसलियां च बंदे नहीं फैसला करते। नाले इन्हां दा जो सुभाअ है घर च ते बाहर, इन्हां दा तां उक्का नहीं फर्ज बनता घर दे मसलियां च फैसला लैण दा। रोबी सब जाला सुनो, बहुत ज्यादा बोलदी पई है। नाले चाची जी तुसीं भी इन्हां नू दस दिओ कि जे इन्हां दे हिसाब नाल चलन लगे ना फिर तां बस गया घर। घर नू किद्दां वसाईदा जे सिखना है ना ते जाके मम्मी जी कोलों सिखो। ओ मैनू किसे कोल कुछ नहीं सिखना, ना ही मेनू सिखा दी लोड़ है। मैं तो बस ऐसा पता है कमो इस घर विच नहीं रहेगी, मतलब नहीं रहेगी, गल ऐसी खत्म होगी, तो ना ही मैं किसी हुण दलील सुननी है कोई। प्रशांत प्रशांत। हाँ जी जेके पाजी, बुलाया तुसी? ले आ जा प्रशांत, दस इहनू अपना सारा समान पैक कर ले, अपने परिवार नू लेके तू चला जावे। ले जावां किथे ले जावां जेके पाजी, ਤੁਹਾਨੂੰ ਪਤਾ ਤਾਂ ਹੈ ਮੇਰਾ ਤਾਂ ਕੋਈ ਆਪਣਾ ਕਮਾਈ ਦਾ ਸਾਧਨ ਨਹੀਂ, ਨਾਲੇ ਮੇਰੇ ਘਰਦਿਆਂ ਨੇ ਤਾਂ ਮੈਨੂੰ ਘਰੋਂ ਕੱਢ ਦਿੱਤਾ ਹੈ। ਇਹ ਤੇਰੀ ਸਮੱਸਿਆ ਹੈ, ਮੇਰੀ ਸਮੱਸਿਆ ਨਹੀਂ ਹੈ। ਇਹ ਤੁਹਾਨੂੰ ਦੋਵਾਂ ਨੂੰ ਪਹਿਲੇ ਬੈਠ ਕੇ ਸੋਚਣਾ ਚਾਹੀਦਾ ਸੀਗਾ, ਜਦੋਂ ਤੁਸੀਂ ਮੇਰਾ ਪਰਿਵਾਰ ਵਿੱਚ ਬੈਠ ਕੇ ਮੇਰਾ ਪਰਿਵਾਰ ਨੂੰ ਤੋੜਨ ਦੀ ਕੋਸ਼ਿਸ਼ ਕਰਦੇ ਪਏ ਸੀਗੇ। ਨਾ ਗੁਰੂ ਜੀ ਕਿ ਭਾਜੀ ਇੱਦਾਂ ਨਾ ਕਰੋ, ਇੰਨੇ ਪੱਤਰ ਦਿਲ ਨਾ ਬਣੋ ਤੁਸੀਂ। ਬਸ ਪ੍ਰਸ਼ਾਂਤ ਚੁੱਪ ਹੋ ਜਾ, ਤੁਸੀਂ ਰੂਬੀ ਪਰ जाओ इन्हों के कमरे पीछे जाके इन्हों का समान पैक करके लेके आओ, और जेड़ा भी कोई बैग बुपिया ना वो सारा कुछ चक के लेके आओ। हाँ जी भाई साहब। चल कमो, तेरे लिए ना मेरे हाउस में कोई जगह नहीं है। एक बार सोचो बड़े भाई साहब, एक बार सोचो अपने छोटी भैन बारे, एक बार मेरा तो कोई ठिकाना नहीं बड़े भाई साहब, सिर टकन कोई जगह नहीं बड़े भाई साहब, मैं कितने जावांगी बड़े भाई साहब। हट, हुण तेरे ते तेरे परिवार लई मेरा हाउस विच सिर टकन लई कोई जगह नहीं बची। बड़े भाई साहब जब इस घर की ड्यूटी पार करेंगी ना, जे तू दोबारा इस ड्यूटी विच पैर पाया ना, मैं तेरे नाल ओहो सलूक करूंगा जो एक अपराधी नाल कीता जांदा है। तेनू मैं तेरे असली ठिकाने ते पहुंचावांगा। अपराधियों का असली ठिकाना तेनू पता ना केड़ा हुंदा है, जेल। चल तू
चल और खबरदार हो जी द्वारा इस घर में चाहिए था तुम भी सर जाने कान खोल के गल खोलो मेरी द्वारा मेरा हाउस में जो पैर कदम नहीं पाई सारे जने सुन लो जदों मैं अपना कम्मो भूआ इस घर दे जी ने रगा विच मेरा खानदान का खून दौड़दा है ठीक ओदे जिदा जेके मेहरा साहब दी रगा विच है ते जेके मेरा साहब नु पूरा ख्याल नहीं के लोग की कहेंगे ठीक है जे तुसी सारे ने कुछ नहीं बोलना ठीक है पर मैं चुप नहीं रहांगी मेनू कम्मो भूआ नु इत्थे रखण वास्ते कुछ आप ही करना पेगा जी ते तुसी की कहंदे पे हो कम्मो भूआ ने तुहाडे नाल इन्नी माड़ी कीती तो तुसी फेर भी चाहुंदे कि कम्मो भूआ घर दे अंदर वापस आ जाए हाँ जी चाहुं जी कीती है कम्मो भूआ ने मेरे नाल माड़ी पर इहदा मतलब इह ते नहीं कि मैं भी उन्हां नाल माड़ी करा जे मैं भी उन्हां नाल ओदां दा ही सलूक करन लग गई तो मेरे तो उन्हां च की फर्क रह गया उन्हां नूं रिश्तिआं दा फिर किद्दां पता लगूगा जे तुसी उन्हां नूं सबक ही सिखाउणा है ना तो फिर उन्हां नूं इक मौका दिओ उन्हां नूं धक्के ना मारो नहीं तो कम्मो भूआ ਤੁਹਾਨੂੰ ਸਭ ਤੋਂ ਵੱਡਾ ਦੁਸ਼ਮਣ ਮੰਨਣ ਲੱਗ ਪੈਣਗੇ ਪਰ ਜੀ ਤੁਸੀਂ ਪਾਪਾ ਜੀ ਨੂੰ ਚੰਗੀ ਤਰ੍ਹਾਂ ਜਾਣਦੇ ਹੋ ਪਾਪਾ ਜੀ ਇਹ ਗੱਲ ਹਰਗਿਜ਼ ਬਰਦਾਸ਼ਤ ਨਹੀਂ ਕਰਨਗੇ ਕਿ ਕੰਮੋ ਪੂਆ ਘਰ ਦੇ ਅੰਦਰ ਵਾਪਸ ਆ ਸਕੇ ਠੀਕ ਹੈ ਫਿਰ ਜੇ ਉਹਨਾਂ ਦੀ ਜ਼ਿੱਦ ਹੈ ਤਾਂ ਮੇਰੀ ਵੀ ਇਹੀ ਜ਼ਿੱਦ ਹੈ ਮੈਂ ਵੀ ਦੇਖਦੀ ਹਾਂ ਉਹ ਕੀ ਕਰਦੇ ਨੇ ਗੀਤ ਕਿਸੇ ਪਾਸੇ ਜੋਗਾ ਨਹੀਂ ਰਿਹਾ ਕੀ ਕਰਾਂ ਇਹਨਾਂ ਨੂੰ ਮੈਂ ਕਿੱਥੇ ਲੈ ਕੇ ਜਾਵਾਂ ਜੇ ਇਕੱਲਾ ਹੁੰਦਾ ਤਾਂ ਕੋਈ ਸੀਟ ਢੱਕਣ ਦੀ ਕੋਈ ਜਗ੍ਹਾ ਲੱਭ ਲੈਂਦਾ ਬਸ ਕਰੋ ਪਾਪਾ ਜੀ ਬਸ ਹੁਣ ਇੱਥੇ ਨਾ ਰੋ ਪਿੱਟ ਕੇ ਕੋਈ ਫਾਇਦਾ ਨਹੀਂ ਹੈ ਇੱਥੇ ਜੋ ਕੁਝ ਵੀ ਸੋਚਣਾ ਹੈ ਨਾ ਇੱਥੋਂ ਜਾ ਕੇ ਸੋਚਿਓ ਚਲੋ ਪਹਿਲਾਂ ਇੱਥੋਂ ਚੱਲਦੇ ਹਾਂ ਇੱਥੋਂ ਚੱਲੀਏ ਪਹਿਲਾਂ ਤੈਨੂੰ ਬੜੀ ਜਲਦੀ ਹੈ ਬਾਹਰ ਜਾਣ ਦੀ ਸੜਕਾਂ ਤੇ ਰਾਤ ਕੱਟਣੀ ਹੈ ਜਿਹਦਾ ਪਿਓ ਨਕਾਰਾ ਤੇ ਨਿਕੰਮਾ ਹੋਵੇ ਉਹ ਹੋਰ ਕਰ ਵੀ ਕੀ ਸਕਦੀ ਹੈ ਪਾਪਾ ਜੀ ਮੈਨੂੰ ਤਾਂ ਇਹ ਵੀ ਨਹੀਂ ਪਤਾ ਹੁਣ ਮੈਂ ਕਾਲਜ ਕਿੱਦਾਂ ਜਾਵਾਂਗੀ ਮੇਰੇ ਸਾਰੇ ਦੋਸਤ ਅੱਗੇ ਦੀ ਪੜ੍ਹਾਈ ਵੀ ਕਰ ਲੈਣਗੇ ਤੇ ਮੈਂ ਸੜਕ ਤੇ ਰੁਲਾਂਗੀ ਮੇਰੇ ਸਾਰੇ ਦੋਸਤ ਛੁੱਟ ਜਾਣਗੇ ਤੇ ਮੇਰੀ ਪੜ੍ਹਾਈ ਵੀ ਮੇਰੀ ਤਾਂ ਜ਼ਿੰਦਗੀ ਖਰਾਬ ਹੋ ਗਈ ਹੈ ਕੀ ਬਣੂਗਾ ਮੇਰਾ ਪਾਪਾ ਜੀ ਕੀ ਬਣੂਗਾ ਨਾ ਕਹਿ ਧੀਏ ਇਦਾਂ ਨਾ ਕਹਿ ਕਿਉਂ ਕਿਉਂ ਨਾ ਕਵਾਂ ਮੈਂ ਕੁਛ ਵੀ ਤੁਸੀਂ ਤਾਂ ਸੋਚ ਵੀ ਨਹੀਂ ਸਕਦੇ ਮੇਰਾ ਤਾਂ ਪੂਰਾ ਫਿਊਚਰ ਹੀ ਬਰਬਾਦ ਹੋ ਗਿਆ ਨਾ ਤਾਂ ਮੈਂ ਹੁਣ ਪੜ੍ਹ ਸਕਦੀ ਹਾਂ ਤੇ ਨਾ ਹੀ ਕਿਸੇ ਚੰਗੇ ਘਰ ਵਿੱਚ ਮੇਰਾ ਵਿਆਹ ਹੋਏਗਾ सब कुछ बर्बाद हो गया है पापा जी सब कुछ बर्बाद हो गया है नहीं गिन्नी कुछ बर्बाद नहीं होया सब कुछ ठीक हो जाएगा प्लीज दादा बस कर तेनू साडे नाल की है तू भी तो यही चाहती सी ना कि असी इत्थों चले जाइए तू केड़ा आज तक कोई गलत काम नहीं किया इत्थे रह के भी तू इन्ने कलेश पाए ते सौरे घर जाके भी तू पता नहीं की किया पर तेनू किसी ने कुछ भी नहीं किया पता क्यों क्योंकि तू जेके मेहरा दी कुड़ी है ते मैं अपने प्यो दी तू मेरी हालत ही समझ सकती नहीं समझ सकती उत्तों तो तू जो मर्जी कह
पर अंदरों तो तेनू भी साडे नाल कोई लगाव नहीं। गिन्नी मैं नहीं जाना, प्लीज मैनू रुक। मैं क्या ना, कोई किते नहीं जाएगा।